स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड रत्ती रोड़ी, इस पिंड नूं जिला फरीदकोट पैंदा है ते फरीदकोट तों कम्याणा होके सड़क रत्ती रोड़ी आउंदी है जिहड़ी अगे डगोरमाणा फिडे कला नूं अगे लंघदी है जिहड़ी गांह जाके मिलदी है मुकसर वाले रोड दे उत्ते सराय नागा दे विच। सो रत्ती रोड़ी पिंड दे विचों वीडियो बना रहे हैं। इस वीर कोलों मेरी चौथी पंजवीं वीडियो है क्योंकि बई व्यापार का काम करता है। पिछली वीडियो मेरे ख्याल च जिहड़े चैनल ते एक्टिव है जिहड़े वीर वीडियो देखते हैं उन्होंने ध्यान च होगी क्योंकि बहुत सोहनी वैड बाई कोल विक्री वास्ते आई सी जिहदा हवाना बड़ा चंगा सीगा ते उह विकी भी बहुत छेती क्योंकि चीज़ बहुत चंगी वीर लभ के लिया सी। अज भी दो नाग है ते पिछली वीडियो च एक गल वीर नाल आपां कीती सी दोस्तों वी रेट जिहड़े उह आपां वीडियो च कर दिया करांगे। सो इस बार बाई कहिंदा वी आपां रेट जिहड़े उह वीडियो च ही रख लांगे। सो आओ गलबात करदे हां दोस्तों। दो नाग है जिहड़ा तुहानूं नग पसंद आया तसली आप आके कर लो जे आपकी तसली ना खरीदो। नंबर स्क्रीन ते चलता रहना भाई। सत्श्रीकाल। नाम अपना? नाम मेरा रशपाल सिंह। ठीक है रशपाल, पिछली वीडियो च एक गां सीगी बड़ी सोहनी सीगी है ना, किदां पसंद कीती लोकां ने? बहुत पसंद कीती, हजे तक लोकां दे फोन आ रहे हैं। अच्छा हजे तक फोन आउंदे है, ठीक है। वैसे भी मेरे ख्याल च बहुत छेती गई सी। हां बस मेरे हिसाब नाल ਘੰਟੇ ਕੇ ਦੇ ਵਿੱਚ ਵਿੱਚ ਸੇਲ ਹੋ ਗਈ। ਘੰਟੇ ਕੇ ਚ ਸੇਲ ਹੋ ਗਈ ਸੀ, ਠੀਕ ਹੈ। ਅੱਛਾ ਅੱਜ ਆਪਣੇ ਕੋਲ ਦੋ ਨਾਗ ਹੈ। ਹਾਂਜੀ। ਪਹਿਲੇ ਨੰਬਰ ਤੇ ਜਿਹੜੀ ਸੂਈ ਸਵਾਈ ਗਾ ਕਿੰਨਾ ਸੂਆ ਸੂਈ? ਇਹ ਜਗੀਤ ਵੀਰੇ ਦੂਜੇ ਸੂਏ ਸੂਈ ਹੈ, ਠੀਕ ਹੈ। ਮੂੰਹ 6 ਦੰਦ ਦਾ, ਠੀਕ ਹੈ। ਤੇ ਆਪ 41-16 ਡੈਨਮਾਰਕ ਦੀ ਹੈ ਮਗਰ ਵਰਲਡ ਵਾਈਡ ਦੀ ਬੱਚੀ ਹੈ ਇਹ, ਠੀਕ ਹੈ। ਇਹ ਰਿਕਾਰਡ ਉਹਨਾਂ ਨੇ ਦੱਸਿਆ ਆਪਾਂ ਨੂੰ, ਫਾਰਮਰ ਨੇ ਦੱਸਿਆ ਆਪਾਂ ਨੂੰ, ਫਾਰਮਰ ਵਾਲੇ ਨੇ ਰਿਕਾਰਡ ਦਿੱਤਾ, ਠੀਕ ਹੈ। ਤੇ ਇਹਦਾ ਵੀ ਪ੍ਰੋਪਰ ਜਿਹੜੀ ਡਿਟੇਲ ਆਪਣੇ ਕੋਲੇ ਪਹੁੰਚ ਜੂਗੀ, ਠੀਕ ਹੈ। ਤਾਂ ਅੱਗੇ ਕਿਹੜੇ ਸੀਮਨ ਦੀ ਸਹੀ ਹੈ ਮਤਲਬ ਲੱਗੀ ਹੈ, ਠੀਕ ਹੈ। ਹਾਂ ਤੇ ਉਦੋਂ ਦੱਸ ਦੇਾਂਗੇ ਆਪਾਂ। ਅੱਛਾ ਇਹ ਸੂਈ ਕਦੋਂ ਹੈ? ਇਹ ਕੱਲ ਸ਼ਾਮ ਨੂੰ ਸੂਈ ਆਪਣੇ ਕੋਲੇ। ਕੱਲ ਸ਼ਾਮ ਨੂੰ ਸੂਈ ਹੈ, ਜੇਰ ਸਹੀ ਪੈ ਗਈ, ਜੇਰ ਵਗੈਰਾ ਪ੍ਰੋਪਰ ਪੈ ਗਈ। ਰੇਟ ਇਹਦਾ ਕੀ ਰੱਖਿਆ? ਰੇਟ ਇਹਦਾ 6000। ਖੁੱਲ ਗਏ ਨੂੰ ਦੱਸੋ, 6 ਦੰਦਾ ਤੇ ਦੂਜਾ ਸੂਆ ਰਾਤ ਹੀ ਸੂਈ ਹੈ ਧੁੰਨੀ ਕੋਲ ਭਲੂਣ ਜਿਹੜੀ ਉਹ ਵੀ ਤੁਹਾਨੂੰ ਦੱਸੂਗੀ ਵੀ ਤਾਜ਼ੀ ਸੂਈ। ਵੀਰ ਦੱਸਦਾ ਵੀ 40-116 ਦੀ ਆਪ ਹੈ ਤੇ ਵਰਲਡ ਵਾਈਡ ਦੇ ਕਿਸੇ ਬੁੱਲ ਦੀ ਵੱਛੀ ਨੂੰ ਜਨਮ ਦਿੱਤਾ ਹੈ ਉਹ ਕਨਫਰਮ ਬਾਈ ਕਹਿੰਦਾ ਵੀ ਹੋ ਜੂਗੀ ਜਦੋਂ ਵਟਸਐਪ ਦੇ ਉੱਤੇ ਆਪਣੇ ਕੋਲ ਡਿਟੇਲ ਪਹੁੰਚ ਗਈ ਵੀ ਕਿਹੜੇ ਸੀਮਨ ਦੀ ਉਹ ਵੱਛੀ ਹੈ। ਇੱਕ ਵਾਰ ਵਰਲਡ ਵਾਈਡ ਦਾ ਸੀਮਨ ਵੀਰ ਦੱਸ ਰਿਹਾ ਜਿਹੜੇ ਸੀਮਨ ਦੀ ਉਹ ਵੱਛੀ ਹੈ। ਹਵਾਨਾ ਅੱਗੇ ਨੂੰ ਵੀ ਚੰਗਾ, ਪਛਾਣ ਨੂੰ ਵੀ ਚੰਗਾ, ਭਲੂਣ 'ਚ ਹੈ, ਰਾਤ ਹੀ ਸੂਈ ਹੈ। ਇੱਕ ਵਾਰ ਪਸ਼ੂ ਬੁੱਝ ਜਾਂਦਾ ਜਦੋਂ ਤਾਜ਼ਾ ਸੁੰਦਾ ਕਿਉਂਕਿ ਕੁਛ ਦਿਨ ਲੈਂਦਾ ਫਿਰ ਦੁਬਾਰਾ ਉੱਠਣ ਵਾਸਤੇ। ਹੋਰ ਵੀਰੇ ਤੋਰ ਦੇ, ਇੱਕ ਗੇੜਾ ਹੋਰ ਦੇ ਦੇ। ਭਲੂਣ ਦੋਸਤੋ ਇਹਦੇ ਕਾਫੀ ਇਹਨੇ ਚੱਕੀ ਹੈ ਤੇ ਭਲੂਣ ਆਮ ਤੌਰ ਤੇ ਜਿਹੜੀ ਉਹ ਦੁੱਧ ਵਾਲੇ ਪਸ਼ੂ ਦੇ ਆਉਂਦੀ ਹੈ, ਉਸ ਤੋਂ ਬਾਅਦ 'ਚ ਜਦੋਂ ਭਲੂਣ ਕਲੀਅਰ ਹੋ ਗਈ ਤਾਂ ਨਿੱਖਰਦਾ ਵੀ ਪਸ਼ੂ ਸੋਹਣਾ, ਚੰਗੇ ਢਾਂਚੇ ਦੀ ਹੈ, ਕੱਦ ਕੱਠ ਚੰਗਾ, ਹਵਾਨਾ ਪਛਾਣ ਨੂੰ ਵੀ ਚੰਗਾ ਦਿਖਾ ਰਹੀ ਹੈ। ਥਣ ਹਜੇ ਭਲੂਣ 'ਚ ਹੈ, ਬਾਕੀ ਤੁਸੀਂ ਆ ਕੇ ਆਪ ਪਾਸ ਕਰੋ ਜੇ ਤੁਹਾਨੂੰ ਸਾਈਜ਼ ਕਿੱਦਾਂ ਦਾ ਲੱਗਦਾ। ਹਵਾਨਾ ਕਾਫੀ ਤਕੜਾ, ਉਹ 80,000 ਇਹਦਾ ਰੇਟ ਤੇ ਨਾਲ ਇਹਦੇ ਬੱਚਾ ਫੀਮੇਲ ਕਾਫ ਹੈ, ਵੱਛੀ ਨੂੰ ਇਹਨੇ ਜਨਮ ਦਿੱਤਾ। ਪਲੱਸ ਪੁਆਇੰਟ ਹੁੰਦਾ ਦੋਸਤੋ ਕਿਉਂਕਿ ਜਿਹੜਾ ਦੁੱਧ ਆ ਵੱਛੇ ਨੂੰ ਵੀ ਪਾਉਣਾ ਪੈਂਦਾ, ਜੇ ਵੱਛੀ ਹੋਵੇ ਤਾਂ ਵਾਧਾ ਕਰਦੀ ਹੈ ਕਰਮ ਵਾਲੀ। ਬਾਕੀ ਵੀਰ ਨੂੰ ਕਹਾਂਗੇ ਆਪਾਂ ਨੂੰ ਇਹ ਵੱਛੀ ਜਿਹੜੀ ਉਹ ਉਠਾ ਕੇ ਦਿਖਾ ਦੂਗਾ। 10:30 ਵਜੇ ਦੋਸਤੋ ਵੀਡੀਓ ਬਣਾ ਰਿਹਾ ਤੇ ਵੀਰ ਦੱਸਦਾ ਵੱਛੀ ਨੂੰ ਦੁੱਧ ਪਿਆਇਆ ਹੋਇਆ, ਬਾਕੀ ਪਤਾ ਲੱਗ ਜਾਂਦਾ ਹੁੰਦਾ ਬੱਚਾ ਜਿਹੜਾ ਉਹ ਰੱਜ ਕੇ ਹੀ ਇਸ ਤਰ੍ਹਾਂ ਬੈਠਦਾ। ਬਹੁਤ ਸੋਹਣੀ ਵੱਛੀ ਹੈ ਦੋਸਤੋ ਨਾਲ ਇਹਦੇ, ਤੋ ਨਾੜੂਆ ਕੱਚਾ ਬਿਲਕੁਲ ਤੁਹਾਨੂੰ ਦਿਸਦਾ ਹੋਣਾ। ਬਾਕੀ ਭਲੂਣ ਵੀ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਕੱਲ੍ਹ ਹੀ ਵੀਰ ਦਾ ਫੋਨ ਆਇਆ ਸੀਗਾ ਵੀਡੀਓ ਬਣਾਉਣੀ ਸੀ, ਪਰ ਜਦੋਂ ਜੇਰ ਕਲੀਅਰ ਹੋ ਜਾਏ ਤਾਂ ਵੀਡੀਓ ਉਦੋਂ ਬਾਅਦ 'ਚ ਸਾਫ਼ ਸੁਥਰੀ ਸੋਹਣੀ ਬਣ ਜਾਂਦੀ ਹੈ। ਇੱਕ ਹੋਰ ਵੈਡ ਬਾਈ ਕੋਲ ਵਿਕਰੀ ਵਾਲੀ ਹੈ। ਰਿਸ਼ਪਾਲ ਬਾਈ ਕਿੰਨਾ ਮਸੂਆ? ਜਗੀਤ ਵੀਰੇ ਇਹਨੇ ਦੂਜੇ ਸੂਏ ਸੂਣਾ ਹੈ ਤੇ 7 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ। 7 ਤਰੀਕ ਨੂੰ, ਅੱਜ 1 ਤਰੀਕ ਹੈ, 6 ਦਿਨ ਪਏ ਆ ਜੀ। 6 ਦਿਨ ਪਏ, ਠੀਕ ਹੈ। ਇਹਦਾ ਰੇਟ ਕੀ ਰੱਖਾਂਗੇ? ਇਹਦਾ ਰੇਟ 35,000 ਰੁਪਏ ਜੀ। ਤੋਰੀ ਬਾਈ 35,000 ਰੁਪਇਆ ਰੇਟ ਹੈ। ਥੋੜੇ ਦੁੱਧ ਵਾਸਤੇ ਜੇ ਕੋਈ ਵੀਰ ਘਰ 'ਚ ਸਾਰਨਾ ਚਾਹੁੰਦਾ ਤਾਂ ਗਾਂ ਦਾ ਰੇਟ ਉਸ ਹਿਸਾਬ 'ਤੇ ਹੀ ਹੈ। 35,000 'ਚ ਸੱਜਰ ਵੈੜ ਮਿਲੂਗੀ ਤੁਹਾਨੂੰ, ਮੀਡੀਅਮ ਹਾਈਟ 'ਚ ਹੈ, ਢਾਂਚਾ ਤੁਹਾਡੇ ਸਾਹਮਣੇ ਹੈ, ਹਵਾਨਾ ਬਣਾਉਂਦੀ ਆਉਂਦੀ ਹੈ ਜੇ 6-7 ਦਿਨ ਪਏ ਆ, ਬਰੀਡ ਕਰੋਸ ਹੈ। ਥਣ ਇਹਦੇ ਵੀ ਸੋਹਣੇ ਆ ਦੋਸਤੋ, ਬਾਕੀ ਜਿਹੜਾ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਹੈ। ਸੋ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਵੀਰ ਨਾਲ ਕਰ ਸਕਦੇ ਹੋ। ਬਹੁਤ ਸੋਹਣਾ ਹਵਾਨਾ ਬਣਾਉਣਾ ਸ਼ੁਰੂ ਕੀਤਾ, ਹਜੇ 6-7 ਦਿਨਾਂ 'ਚ ਚੰਗਾ ਹਵਾਨਾ ਬਣਾਊਗੀ, ਬਾਕੀ ਹਜੇ ਥੋੜ੍ਹੀ ਕੱਚੀ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਨਾਗ ਸੀਗੇ ਵੀਰ ਕੋਲ ਦੋ। ਤੁਹਾਨੂੰ ਜਿਹੜਾ ਪਸ਼ੂ ਇਹਨਾਂ 'ਚੋਂ ਚੰਗਾ ਲੱਗਿਆ ਖਰੀਦਣਾ ਤੁਸੀਂ ਆਪਦੀ ਪਸੰਦ ਦੀ ਚੀਜ਼ ਹੈ, ਤਸੱਲੀ ਕਰਨਾ ਤੁਹਾਡਾ ਹੱਕ ਹੈ। ਤੁਸੀਂ ਪੈਸੇ ਇਨਵੈਸਟ ਕਰਨੇ ਆ ਤਾਂ ਆਪਦੀ ਨਿਰਖ ਪਰਖ ਨਾਲ ਖਰੀਦ ਲਿਓ। ਮਿਹਰਬਾਨੀ।